फोटो जो लगी सी उदो रिलेटिव्स दे फोन आने शुरू हो गए होने है ना, फ्रेंड्स दे फोन आने शुरू हो गए होने भी तेरी फोटो असी देखी है ता उदो किदा किन्नी को खुशी महसूस? बहुत खुशी महसूस हुई क्योंकि रिलेटिव्स दा सारा दा इन्ना मेनू प्यार इन्ना दा मैनू उन्होंने कंग्रेचुलेशन दित्तियां इन्नियां कि एक इन्नी माण वाली गल आ है कि सारे रिश्तेदारां दा नाम उच्चा कीता आ तां मैनू बहुत ही खुशी महसूस हुई। माण महसूस होया हुंदा मैनू फील होया सी कि जे मेरी होगी तां बहुत चंगा होगा तां इह मैं उहदे इस प्रोग्राम दे अप्लाई कीता ग्रैजुएट होण तों बाद ते फिर राउंड्स ऑफ इंटरव्यूज होए ओह क्लीयर करन तों बाद इस प्रोग्राम दे विच एंट्री मिली। किद्दां दा फील होया सी जो तुहानूं पता लग्गिया वी तुहाडे बेटे दी फोटो ओह जगह ते है जिथे कि लोग इहनूं जानना शुरू होणगे, जिवें इक माण वाली गल हो जांदी तुहानूं वी कोई कहिंदा वी तुहाडे बेटे ने बहुत वड्डी अचीवमेंट जिहड़ी है पाई है? इह साडे वास्ते बहुत माण दी गल आ, साडे परिवार वास्ते, साडी फैमिली वास्ते, क्योंकि काफ़ी अपने जिहड़े रिश्तेदारां दा दोस्तां दा बहुत फोन आए ने ते बड़ा माण महसूस हुंदा वी वीडियो वाले फोन करदे ने ते अच्छा फील हुंदा, प्राउड फील हुंदा वी साडे बेटे दी फोटो आ रही आ अखबार दे विच आ रही आ ते वी जो मन च सोचिया सीगा बच्चा उस लैवल ते पहुँच रहा, खुशी ते लाजमी होणी बनदी आ जी। सत श्री अकाल जी, तुसीं देख रहे हो लुधियाना टाइम्स ते मैं हाँ प्रवलीन कौर। इस टाइम साढ़े नाल मौजूद है सहजपाल, जिन्हां दी फोटो तुहानूं सब तों पहलां दस दईए वी टाइम स्क्वेयर अमेरिका दे विच पूरे हफ्ते वास्ते जिहड़ी इहनां दी फोटो लगी, काफ़ी माण वाली गल है इहनां दे वास्ते, इहनां दे घरदिआं वास्ते ते उत्थों दी उत्थों गल कीती जांदी है पूरे लुधियाने शहर वास्ते ते इक बहुत माण वाली गल है जी कि इक नौजवान दी जिहड़े कि काफ़ी नौजवान आपां देखे आ भी जिहड़े बाहर जांदे आ स्टडी करदे आ या उत्थे वीज़ा अपलाई करदे आ उत्थे सैटल होण दी गलबात करदे, पर इत्थे लुधियाने दे विच रहि के इहनां ने इक माण वाली जिहड़ी गल इहनां वास्ते पेरेंट्स वास्ते वी है ते लुधियाने शहर दे वासियां वास्ते वी है, इहनां नाल गलबात करके देखांगे भी इसदा कारण की बणिआ। सति श्री अकाल जी। ਸਤਿ ਸ਼੍ਰੀ ਅਕਾਲ ਜੀ। ਕਿਸ ਤਰ੍ਹਾਂ ਤੁਹਾਡੀ ਜਰਨੀ ਕਿਸ ਤਰ੍ਹਾਂ ਰਹੀ, ਪਹਿਲਾਂ ਤਾਂ ਅਸੀਂ ਜਾਣਨਾ ਚਾਹਾਂਗੇ ਵੀ ਕੀ ਕਾਰਨ ਸੀ ਜਿਹੜਾ ਟਾਈਮ ਸਕੁਅਰ ਦੇ ਉੱਤੇ ਤੁਹਾਡੀ ਜਿਹੜੀ ਫੋਟੋ ਲੱਗੀ ਹੈ? ਓਕੇ, ਤੇ ਇਹ ਮੋਰਗਨ ਸਟੈਨਲੀ ਦੇ ਵਿੱਚ ਜਦੋਂ ਗ੍ਰੈਜੂਏਟਸ ਅਪਲਾਈ ਕਰਦੇ ਨੇ ਉਹਨਾਂ ਨੂੰ ਇੱਕ 4 ਮੰਥਸ ਟ੍ਰੇਨਿੰਗ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਕਰਨਾ ਪੈਂਦਾ ਜਿਹੜਾ ਕਿ ਇੰਡਸਟਰੀ ਦਾ ਵਨ ਆਫ ਦਾ ਟਫੈਸਟ ਕੰਸਿਡਰ ਕੀਤਾ ਜਾਂਦਾ ਟ੍ਰੇਨਿੰਗ ਪ੍ਰੋਗਰਾਮਸ, ਅਤੇ ਉਹਦੇ ਵਿੱਚ ਉਹਦੀ ਜਿਹੜੇ ਸਟੂਡੈਂਟਸ ਪਾਸ ਹੁੰਦੇ ਨੇ ਉਹਨਾਂ ਦੀ ਫੋਟੋ ਇਹਨਾਂ ਟਾਈਮ ਸਕੁਅਰ 'ਤੇ ਡਿਸਪਲੇ ਕਰਦੇ ਨੇ। ਕਿੱਦਾਂ ਦੀ ਜਰਨੀ ਰਹੀ, ਮਤਲਬ ਜਿਵੇਂ ਬਾਕੀ ਸਟੂਡੈਂਟਸ ਹੁੰਦੇ ਜਿਵੇਂ ਤੁਸੀਂ ਦੱਸਿਆ ਆਫਟਰ ਗ੍ਰੈਜੂਏਸ਼ਨ ਤੁਸੀਂ ਇਹਨੂੰ ਅਪਲਾਈ ਕਰਤਾ, ਕਿਸ ਤਰ੍ਹਾਂ ਅਪਲਾਈ ਕੀਤਾ, ਜਰਨੀ ਕਿੱਦਾਂ ਸਟਾਰਟ ਹੋਈ? ਹਾਂਜੀ, ਇਹ ਮੈਨੂੰ ਕਾਫੀ ਟਾਈਮ ਪਹਿਲਾਂ ਤੋਂ ਪਤਾ ਸੀਗਾ ਕਿ ਮੋਰਗਨ ਸਟੈਨਲੀ ਦੇ ਵਿੱਚ ਜੋ ਗ੍ਰੈਜੂਏਟਸ ਅਪਲਾਈ ਕਰਦੇ ਨੇ ਅਤੇ ਉਹ ਇੱਕ ਪ੍ਰੋਗਰਾਮ ਕੰਪਲੀਟ ਕਰਨ ਤੋਂ ਬਾਅਦ ਉਹਨਾਂ ਦੀ ਫੋਟੋ ਡਿਸਪਲੇ ਹੁੰਦੀ ਹੈ, ਮੈਨੂੰ ਪਹਿਲਾਂ ਤੋਂ ਪਤਾ ਸੀਗਾ ਅਤੇ ਮੈਨੂੰ ਉੱਥੋਂ ਦੀ ਪ੍ਰੇਰਣਾ ਮਿਲੀ ਕਿ ਮੈਂ ਵੀ ਚਾਹੁੰਦਾ ਹਾਂ ਕਿ ਮੇਰੀ ਵੀ ਫੋਟੋ ਲੱਗੇ, ਕਿ ਮੈਨੂੰ ਇਹ ਬਹੁਤ ਮਾਣ ਮਹਿਸੂਸ ਹੋਇਆ ਹੁੰਦਾ ਮੈਨੂੰ ਫੀਲ ਹੋਇਆ ਸੀ ਕਿ ਜੇ ਮੇਰੀ ਹੋਊਗੀ ਤਾਂ ਬਹੁਤ ਚੰਗਾ ਹੋਊਗਾ, ਤਾਂ ਇਹ ਮੈਂ ਉਹਦੇ ਇਸ ਪ੍ਰੋਗਰਾਮ ਦੇ ਵਿੱਚ ਅਪਲਾਈ ਕੀਤਾ ਗ੍ਰੈਜੂਏਟ ਹੋਣ ਤੋਂ ਬਾਅਦ ਅਤੇ ਫਿਰ ਰਾਊਂਡਸ ਆਫ ਇੰਟਰਵਿਊਜ਼ ਹੋਏ ਉਹ ਕਲੀਅਰ ਕਰਨ ਤੋਂ ਬਾਅਦ ਇਸ ਪ੍ਰੋਗਰਾਮ ਦੇ ਵਿੱਚ ਐਂਟਰੀ ਮਿਲੀ। ਅਤੇ ਪੜ੍ਹਾਈ ਕਿਸ ਚੀਜ਼ ਦੀ ਕੀਤੀ ਸੀ, ਇਸ ਚੀਜ਼ ਵਾਸਤੇ ਕਿਹੜੀ ਤੁਸੀਂ ਡਿਗਰੀ ਕੀਤੀ ਆ, ਕਿਸ ਤਰ੍ਹਾਂ ਇਹਨੂੰ ਸ਼ੁਰੂ ਕੀਤਾ ਸੀ? ਮੈਂ ਬੈਚਲਰਸ ਆਫ ਇੰਜੀਨੀਅਰਿੰਗ ਕੀਤੀ ਹੈ ਕੰਪਿਊਟਰ ਇੰਜੀਨੀਅਰਿੰਗ 'ਚ ਥਾਪਰ ਯੂਨੀਵਰਸਿਟੀ ਪਟਿਆਲੇ ਤੋਂ, ਅਤੇ ਇਸ ਪ੍ਰੋਗਰਾਮ ਦੇ ਲਈ ਕੋਈ ਵੀ ਕਿਸੇ ਵੀ ਕੰਪਿਊਟਰ ਰਿਲੇਟਿਡ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਵੇ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਇਸ ਪ੍ਰੋਗਰਾਮ ਦੇ ਐਂਟਰੀ ਦੇ ਲਈ। ਅਤੇ ਜਿਵੇਂ ਤੁਸੀਂ ਆਪਣੀ ਅਪਲਾਈ ਕੀਤਾ ਸੀਗਾ ਉਸ ਤੋਂ ਬਾਅਦ ਪੇਰੈਂਟਸ ਨੂੰ ਥੋੜ੍ਹੀ ਜਿਵੇਂ ਸਪੋਰਟ ਮਿਲਦੀ ਹੈ ਨਾ ਪੇਰੈਂਟਸ ਦੀ ਵੀ, ਹਾਂ ਵੀ ਤੂੰ ਬਹੁਤ ਵਧੀਆ ਕੰਪਨੀ ਜੁਆਇਨ ਕਰ ਰਿਹਾ, ਜਿਵੇਂ ਤੁਸੀਂ ਹੁਣ ਦੱਸਿਆ ਮੋਰਗਨ ਸਟੈਨਲੀ ਕੀ ਹੈ, ਕੀ ਬੇਸਿਕਲੀ ਇਹ ਕੰਪਨੀ ਕਿਸ ਚੀਜ਼ ਦੀ ਹੈ? ਇਹ ਇਨਵੈਸਟਮੈਂਟ ਬੈਂਕ ਆ ਜਿਹੜਾ ਕਿ ਇਹਦੇ ਵਿੱਚ ਫਰਦਰ ਡਿਵੀਜ਼ਨਸ ਨੇ ਜਿਹੜੇ ਕਿ ਸਟਾਕ ਮਾਰਕੀਟਸ ਦੇ ਵਿੱਚ ਇਨਵੈਸਟਮੈਂਟ ਕਰਦੇ ਨੇ, ਕਈ ਹੋਰ ਤਰ੍ਹਾਂ ਦੀਆਂ ਇਹ ਕੰਪਨੀ ਇਨਵੈਸਟਮੈਂਟ ਕਰਦੀ ਆ, ਅਤੇ ਤਾਂ ਕਰਕੇ ਇਹ ਇਨਵੈਸਟਮੈਂਟ ਬੈਂਕ ਦੀ ਕੈਟਾਗਰੀ ਦੇ ਵਿੱਚ ਮੋਰਗਨ ਸਟੈਨਲੀ ਆਉਂਦੀ ਆ। ਸਟੱਡੀ ਕਿੰਨੀ ਦੇਰ ਕਰਦੇ ਸੀ, ਕਿਉਂਕਿ ਅਗਰ ਦੇਖਿਆ ਜਾਵੇ ਨਾ ਹੁਣ ਅੱਜ ਕੱਲ੍ਹ ਜਿਹੜਾ ਯੂਥ ਹੈ ਨਾ ਕਿਤੇ ਘੱਟ ਵੱਧ ਹੀ ਹੁੰਦਾ ਵੀ ਜੇ ਪੜ੍ਹ ਲਿਆ ਤਾਂ ਪੜ੍ਹ ਲਿਆ, ਤੁਸੀਂ ਕਿੰਨੀ ਕੁ ਦੇਰ ਸਟੱਡੀ ਕਰਦੇ ਸੀ? ਸਟੱਡੀ ਤਾਂ ਗ੍ਰੈਜੂਏਸ਼ਨ ਦੇ ਵਿੱਚ ਬੀਟੈਕ ਦੇ ਦੌਰਾਨ ਕਰਨੀ ਹੀ ਪਈ ਕਿਉਂਕਿ ਮਿਡ ਟਰਮਸ ਹੁੰਦੇ ਸੀਗੇ, ਕੁਇਜ਼ਸ ਹੁੰਦੇ ਸੀਗੇ, ਗ੍ਰੈਜੂਏਸ਼ਨ ਦੇ ਸਮੇਂ 'ਚ ਕਰਦੇ ਹੀ ਰਹੇ, ਐਕਸਟਰਾ ਵੀ ਟਾਈਮ ਦੇ ਵਿੱਚ ਪੜ੍ਹਾਈ ਕਰਨੀ ਪੈਂਦੀ ਸੀ ਕਿਉਂਕਿ ਜੋ ਕਾਲਜ ਦੇ ਵਿੱਚ ਪੜ੍ਹਾਉਣ ਸੀ ਦੈਟ ਵਾਜ਼ ਨੋਟ ਇਨਫ, ਉਹ ਹੋਰ ਵੀ ਤੁਹਾਨੂੰ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਜਿਹੜੀਆਂ ਕਿ ਇੱਕ ਇੰਡਸਟਰੀ ਲੈਵਲ 'ਤੇ ਰਿਕੁਆਇਰਡ ਹੁੰਦੀਆਂ ਨੇ, ਅਤੇ ਮੈਂ ਅਕਸਰ ਕਾਲਜ ਟਾਈਮ ਤੋਂ ਬਾਅਦ ਵੀ ਹੋਰ
ਇਹਨਾਂ ਸਭ ਚੀਜ਼ਾਂ ਦੇ ਉੱਤੇ ਰਿਸਰਚ ਕਰਦਾ ਸੀ ਅਤੇ ਇਹਨਾਂ ਨੂੰ ਪੜ੍ਹਦਾ ਹੁੰਦਾ ਸੀਗਾ। ਬਿਲਕੁਲ, ਇਸ ਤੋਂ ਇਲਾਵਾ ਕੋਈ ਇੰਟਰਸਟ ਜਿਹੜੇ ਤੁਹਾਡੇ ਸੀਗੇ ਵੀ ਇਹ ਚੀਜ਼ ਤੋਂ ਇਲਾਵਾ ਮੈਂ ਕਿਸੇ ਹੋਰ ਚੀਜ਼ ਵੀ ਕਰ ਸਕਦਾ? ਕਿਉਂਕਿ ਇੱਕ ਹੁੰਦਾ ਨਾ ਇੱਕ ਬੈਕਅਪ ਪਲਾਨ, ਆਪਾਂ ਹਮੇਸ਼ਾ ਲੈ ਕੇ ਰੱਖਦੇ ਹਾਂ ਵੀ ਜੇ ਇਹ ਲਾਈਨ ਨਹੀਂ ਤਾਂ ਮੈਂ ਦੂਜੀ ਲਾਈਨ 'ਤੇ ਜ਼ਰੂਰ ਜਾਊਂਗਾ, ਇੱਕ ਵਾਰੀ ਟਰਾਈ ਜ਼ਰੂਰ ਕਰਾਂਗਾ। ਹਾਂਜੀ, ਮੇਰਾ ਸ਼ੁਰੂ ਤੋਂ ਇੰਟਰਸਟ ਕੰਪਿਊਟਰਸ ਦੇ ਵਿੱਚ ਸੀਗਾ ਅਤੇ ਮੇਰਾ ਫਸਟ ਟਾਰਗੇਟ ਤਾਂ ਮੇਰਾ ਸੀਗਾ ਕਿ ਮੋਰਗਨ ਸਟੈਨਲੀ ਦੇ ਵਿੱਚ ਜਾਣਾ, ਬਟ ਜੇ ਮੈਨੂੰ ਇਹਦੇ ਵਿੱਚ ਨਾ ਹੁੰਦੀ ਮੇਰੀ ਤਾਂ ਮੈਂ ਕਿਸੇ ਹੋਰ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਜੋਬ ਲੈਣ ਦੀ ਜ਼ਰੂਰ ਟਰਾਈ ਕਰਦਾ। ਅਤੇ ਹੁਣ ਅੱਗੇ ਪਲਾਨਸ, ਜਿਵੇਂ ਤੁਹਾਨੂੰ ਦੱਸਿਆ ਵੀ ਤੁਸੀਂ ਇਸ ਚੀਜ਼ ਦੇ ਵਿੱਚ ਆਲਰੇਡੀ, ਤੁਹਾਡੀ ਫੋਟੋ ਜਿਹੜੀ ਲੱਗ ਚੁੱਕੀ, ਕਾਫੀ ਮਾਣ ਵਾਲੀ ਗੱਲ ਹੈ, ਬਹੁਤ ਕੰਗਰੈਚੁਲੇਸ਼ਨ ਤੁਹਾਨੂੰ ਅਤੇ ਤੁਹਾਡੇ ਪੇਰੈਂਟਸ ਨੂੰ ਵੀ। ਇਸ ਤੋਂ ਬਾਅਦ ਕੋਈ ਪਲਾਨਸ, ਫਿਊਚਰ ਪਲਾਨਸ, ਹੋਰ ਕੋਈ ਜਿਵੇਂ ਹੁੰਦਾ ਨਾ ਟਾਰਗੇਟ ਅਚੀਵ ਕਰਨਾ ਚੀਜ਼, ਜਿਵੇਂ ਤੁਸੀਂ ਦੱਸਿਆ ਵੀ ਤੁਹਾਨੂੰ ਚਾਹੀਦਾ ਸੀ ਮੇਰੀ ਫੋਟੋ ਉੱਥੇ ਲੱਗੇ, ਹੁਣ ਅਗਲਾ ਟਾਰਗੇਟ ਕੀ ਹੈ ਤੁਹਾਡਾ? ਅਗਲਾ ਟਾਰਗੇਟ ਮੇਰਾ ਇਹੀ ਹੋਊਗਾ ਕਿ ਮੈਂ ਇਸ ਕੰਪਨੀ ਦੇ ਵਿੱਚ ਹਾਇਰ ਤੋਂ ਹਾਇਰ ਪੋਜੀਸ਼ਨ ਆਫ ਰਿਸਪੋਂਸੀਬਿਲਿਟੀ ਲਵਾਂ ਅਤੇ ਇਸ ਕੰਪਨੀ ਆਪਣੇ ਇੰਪਲੋਈਜ਼ ਨੂੰ ਬਹੁਤ ਚੰਗਾ ਐਪਰੀਸ਼ੀਏਟ ਕਰਦੀ ਆ, ਰੈਕੋਗਨਾਈਜ਼ ਕਰਦੀ ਆ, ਅਤੇ ਹੋਰ ਵੀ ਲੈਵਲ ਆਫ ਐਪਰੀਸੀਏਸ਼ਨਸ ਇਸ ਕੰਪਨੀ ਦੇ ਜਿਹੜੇ ਇੰਪਲੋਈਜ਼ ਨੂੰ ਦਿੰਦੇ ਨੇ, ਅਤੇ ਮੈਂ ਫਿਰ ਉਹਨਾਂ ਵੱਲ ਏਮ ਕਰਦਾ ਹਾਂ। ਇਸ ਤੋਂ ਬਾਅਦ ਫੋਟੋ ਜਦੋਂ ਲੱਗੀ ਸੀ ਉਦੋਂ ਰਿਲੇਟਿਵਸ ਦੇ ਫੋਨ ਆਉਣੇ ਸ਼ੁਰੂ ਹੋ ਗਏ ਹੋਣੇ, ਹੈ ਨਾ, ਫਰੈਂਡਸ ਦੇ ਫੋਨ ਆਉਣੇ ਸ਼ੁਰੂ ਹੋ ਗਏ ਹੋਣੇ ਵੀ ਤੇਰੀ ਫੋਟੋ ਅਸੀਂ ਦੇਖੀ, ਇੱਦਾਂ ਉਦੋਂ ਕਿੱਦਾਂ, ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ? ਬਹੁਤ ਖੁਸ਼ੀ ਮਹਿਸੂਸ ਹੋਈ ਕਿਉਂਕਿ ਰਿਲੇਟਿਵਸ ਦਾ, ਸਾਰਿਆਂ ਦਾ ਇੰਨਾ ਮੈਨੂੰ ਪਿਆਰ, ਇਹਨਾਂ ਦਾ ਮੈਨੂੰ ਉਹਨਾਂ ਨੇ ਕੰਗਰੈਚੁਲੇਸ਼ਨਸ ਦਿੱਤੀਆਂ ਇੰਨੀਆਂ ਕਿ ਇੱਕ ਇੰਨੀ ਮਾਣ ਵਾਲੀ ਗੱਲ ਆ ਇਹ ਕਿ ਸਾਰੇ ਰਿਸ਼ਤੇਦਾਰਾਂ ਦਾ ਨਾਮ ਉੱਚਾ ਕੀਤਾ ਆ, ਤਾਂ ਮੈਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋਈ। ਅੱਛਾ, ਇੱਕ ਨਾ ਹੁੰਦਾ ਹਰ ਇੱਕ, ਜਿਵੇਂ ਆਪਾਂ ਗੱਲ ਕੀਤੀ ਆ ਪੰਜਾਬ 'ਚ ਰਹਿ ਕੇ ਗੱਲ ਕਰਦੇ ਹਾਂ, ਹਰ ਇੱਕ ਨੌਜਵਾਨ ਦੇ ਮਨ 'ਚ ਹੁੰਦੇ ਵੀ ਮੈਂ ਪਲੱਸ ਟੂ ਕਰ ਲਈ ਆ, ਮੈਂ ਗ੍ਰੈਜੂਏਸ਼ਨ ਕਰ ਲਈ, ਮੈਂ ਤਾਂ ਬਾਹਰ ਹੀ ਜਾਣਾ, ਹੁਣ ਬਸ ਮੈਂ ਬਾਹਰ ਸੈਟਲ ਹੋਣਾ, ਹੈ ਨਾ, ਹਰ ਕੋਈ, ਆਪਾਂ ਕਿਸੇ ਦੀ ਗੱਲ ਕਰੀਏ ਹਰ ਕੋਈ ਬਾਹਰ ਭੱਜਣ ਨੂੰ ਫਿਰਦਾ। ਤੁਸੀਂ ਇੱਥੇ ਰਹਿ ਕੇ ਇੰਨੀ ਵੱਡੀ ਅਚੀਵਮੈਂਟ ਕੀਤੀ ਹੈ ਜਿਹੜੀ ਪਾਈ ਹੈ, ਉਹ ਉਸਦੇ ਬਾਰੇ ਕੁਛ ਬਿਆਨ ਕਰ? ਅਕਸਰ ਲੋਕ ਬਾਹਰ ਜਾਂਦੇ ਨੇ ਬੈਟਰ ਇੱਕ ਲਾਈਫ ਸਟਾਈਲ ਜੋਬ ਦੇ ਲਈ, ਅਤੇ ਬਟ ਮੈਂ ਇਹ ਕਹਿਣਾ ਚਾਹੂੰਗਾ ਕਿ ਮੇਨ ਕਿਸੇ ਵੀ ਇੰਡਸਟਰੀ ਦੇ ਵਿੱਚ ਜਾਣ ਦੇ ਲਈ ਤੁਹਾਨੂੰ ਇੱਕ ਸਕਿੱਲ ਸੈੱਟ ਦੀ ਲੋੜ ਹੁੰਦੀ ਆ। ਜੇ ਤੁਸੀਂ ਉਹ ਸਕਿੱਲਸ ਐਕਵਾਇਰ ਕਰ ਲਓ ਤਾਂ ਚਾਹੇ ਉਹ ਕੋਈ ਵੀ ਕੰਟਰੀ ਹੋਵੇ, ਇੰਡੀਆ ਹੋਵੇ ਚਾਹੇ ਬਾਹਰ ਹੋਵੇ, ਤੁਹਾਡੀ ਉਹ ਸਕਿੱਲ ਦੀ ਕਦਰ ਜ਼ਰੂਰ ਪਊਗੀ। ਕਈ ਇਹ ਵੀ ਕਹਿੰਦੇ ਵੀ ਇੰਡੀਆ 'ਚ ਤਾਂ ਹੈ ਨਹੀਂ ਕੁਛ, ਹੈ ਨਹੀਂ ਫਿਊਚਰ, ਇੱਥੇ ਤਾਂ ਕੁਛ ਰੁਲ ਜਾਂਗੇ, ਬਾਹਰ ਹੀ ਚੱਲਦੇ ਹਾਂ। ਇਹ ਚੀਜ਼ ਮੈਂ ਜ਼ਰੂਰ ਜਾਣਨਾ ਚਾਹਾਂਗੀ ਕਿਉਂਕਿ ਕਈ ਹੁੰਦੇ, ਹੁਣ ਸਾਡੀ ਵੀਡੀਓ ਵੀ ਕਈ ਦੇਖਦੇ ਹੋਣਗੇ, ਉਹ ਵੀ ਇਹੀ ਸੋਚਦੇ ਹੋਣਗੇ ਪਹਿਲਾਂ ਵੀ ਨਹੀਂ ਇੰਡੀਆ 'ਚ ਕੁਛ ਹੈ ਨਹੀਂ, ਪਰ ਤੁਹਾਨੂੰ ਦੇਖ ਕੇ ਮੇ ਬੀ ਉਹ ਮੋਟੀਵੇਟ ਹੋਣ ਕੁਛ ਨਾ ਕੁਛ ਲੈ ਕੇ। ਹਾਂਜੀ, ਇਹ ਮੈਨੂੰ ਬਹੁਤ ਖੁਸ਼ੀ ਹੋਊਗੀ ਜੇ ਕੋਈ ਮੋਟੀਵੇਟ ਹੁੰਦਾ ਹੈ ਮੇਰੀ ਜੋ ਵੀ ਸਟੋਰੀ ਰਹੀ ਹੈ ਹੁਣ ਤੱਕ। ਅਤੇ ਬਸ ਮੇਰਾ ਮੇਨ ਉਹਨਾਂ ਨੂੰ ਕਹਿਣਾ ਇਹੀ ਹੋਊਗਾ ਕਿ ਬਾਹਰ ਜਾ ਕੇ ਵੀ ਤੁਹਾਨੂੰ ਉਹ ਸਕਿੱਲਸ ਐਕਵਾਇਰ ਕਰਨੀਆਂ ਹੀ ਪੈਣਗੀਆਂ ਜਿਨ੍ਹਾਂ ਦੀ ਉੱਥੇ ਵੈਲਿਊ ਆ, ਉਹ ਚਾਹੇ ਤੁਸੀਂ ਇੱਥੇ ਕਰ ਲਓ ਚਾਹੇ ਬਾਹਰ ਕਰ ਲਓ, ਉਹ ਮੇਨ ਵੈਲਿਊ ਸਕਿੱਲਸ ਦੀ ਪੈਣੀ ਆ, ਜਗ੍ਹਾ ਦੇ ਨਾਲ ਕਿੱਥੇ ਕਿਹੜੀ ਕੰਟਰੀ ਆ ਉਹਦੇ ਨਾਲ ਫਰਕ ਨਹੀਂ ਪੈਂਦਾ। ਕੋਈ ਇਹੋ ਜਿਹਾ ਪੁਆਇੰਟ ਤੁਹਾਡੀ ਜਰਨੀ ਦੇ ਵਿੱਚ ਜਿੱਥੇ ਤੁਹਾਨੂੰ ਲੱਗਿਆ ਹੋਵੇ ਨਹੀਂ ਮੈਂ ਡਰੋਪ ਕਰ ਦੇਣਾ ਵੀ ਮੈਨੂੰ ਨਹੀਂ ਲੱਗਦਾ, ਕਿਤੇ ਨਾ ਕਿਤੇ ਤਾਂ ਬੰਦਾ ਡੀਮੋਟੀਵੇਟ ਹੋ ਜਾਂਦਾ, ਕੋਈ ਇੱਦਾਂ ਦਾ ਆਈ ਸੀ ਸਿਚੁਏਸ਼ਨ ਜਿੱਥੇ ਤੁਹਾਨੂੰ ਲੱਗਿਆ ਜਾਂ ਤੁਸੀਂ ਆਪਣੇ ਪੇਰੈਂਟਸ ਨਾਲ ਸ਼ੇਅਰ ਕੀਤੀ ਹੋਵੇ ਵੀ ਮੈਂ ਕੁਛ ਹੋਰ ਕਰਨਾ ਚਾਹੁੰਦਾ, ਮੈਨੂੰ ਕਿਤੇ ਨਾ ਕਿਤੇ ਬਰਡਨ ਲੱਗਦਾ ਇਸ ਚੀਜ਼ ਦਾ? ਨਹੀਂ, ਮਾਮੂਲੀ ਜੀ ਗੱਲ ਹੈ ਕਿ ਇਸ ਇੰਡਸਟਰੀ ਦੇ ਵਿੱਚ ਤੁਸੀਂ ਜੋਬਸ ਵਗੈਰਾ 'ਤੇ ਅਪਲਾਈ ਕਰਦੇ ਹੋ ਅਤੇ ਕਈ ਰਿਜੈਕਸ਼ਨਸ ਆਉਂਦੀਆਂ ਨੇ ਅਤੇ ਕਈ ਆਈਆਂ ਵੀ ਨੇ ਮੈਨੂੰ ਕਈ ਹੋਰ ਕੰਪਨੀਜ਼ ਦੇ ਵਿੱਚੋਂ ਦੀ, ਜਿਨ੍ਹਾਂ ਦਾ ਮੈਨੂੰ ਥੋੜ੍ਹਾ ਸੈਟਬੈਕ ਲੱਗਿਆ ਆ, ਬਟ ਮੈਂ ਫਿਰ ਕਦੇ ਵੀ ਅਪਲਾਈ ਕਰਨਾ ਨਹੀਂ ਛੱਡਿਆ, ਕਦੇ ਮੈਂ ਇਹ ਨਹੀਂ ਸੋਚਿਆ ਕਿ ਮੈਂ ਪਿੱਛੇ ਹਟ ਜਾਂ, ਕਿਉਂਕਿ ਮੈਨੂੰ ਪਤਾ ਸੀਗਾ ਕੰਪਿਊਟਰ ਸਾਇੰਸ ਮੇਰਾ ਇੱਕ ਪੈਸ਼ਨ ਆ, ਮੈਂ ਇਸ ਵਿੱਚ ਕੁਛ ਕਰਨਾ ਚਾਹੁੰਦਾ ਹਾਂ ਅਤੇ ਮੈਂ ਲੱਗਿਆ ਰਿਹਾ ਅਤੇ ਮੈਨੂੰ ਮੋਰਗਨ ਸਟੈਨਲੀ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਐਂਟਰੀ ਮਿਲ ਗਈ। ਬਹੁਤ ਬਹੁਤ ਥੈਂਕ ਯੂ। ਅਤੇ ਸਰ ਤੁਹਾਡੇ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ, ਕਿੱਦਾਂ ਦਾ ਫੀਲ ਹੋਇਆ ਸੀ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਤੁਹਾਡੇ ਬੇਟੇ ਦੀ ਫੋਟੋ ਉਹ ਜਗ੍ਹਾ 'ਤੇ ਹੈ ਜਿੱਥੇ ਕਿ ਲੋਕ ਇਹਨੂੰ ਜਾਣਨਾ ਸ਼ੁਰੂ ਹੋਣਗੇ, ਜਿਵੇਂ ਇੱਕ ਮਾਣ ਵਾਲੀ ਗੱਲ ਹੋ ਜਾਂਦੀ, ਤੁਹਾਨੂੰ ਵੀ ਕੋਈ ਕਹਿੰਦਾ ਵੀ ਤੁਹਾਡੇ ਬੇਟੇ ਨੇ ਬਹੁਤ ਵੱਡੀ ਅਚੀਵਮੈਂਟ ਜਿਹੜੀ ਹੈ ਪਾਈ ਹੈ ਇਸ ਵੇਲੇ? ਹਾਂਜੀ ਹਾਂਜੀ, ਬਹੁਤ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਅਤੇ ਤੁਸੀਂ ਸਾਡੀ ਇੰਟਰਵਿਊ ਲੈਣ ਵਾਸਤੇ ਘਰ ਆਏ ਹੋ, ਅਤੇ ਇਹ ਸਾਡੇ ਵਾਸਤੇ ਬਹੁਤ ਮਾਣ ਦੀ ਗੱਲ ਆ, ਸਾਡੇ ਪਰਿਵਾਰ ਵਾਸਤੇ, ਸਾਡੀ ਫੈਮਿਲੀ ਵਾਸਤੇ, ਕਿਉਂਕਿ ਕਾਫੀ ਆਪਣੇ ਜਿਹੜੇ ਰਿਸ਼ਤੇਦਾਰਾਂ ਦਾ, ਦੋਸਤਾਂ ਦਾ ਬਹੁਤ ਫੋਨ ਆਏ ਨੇ ਅਤੇ ਬੜਾ ਮਾਣ ਮਹਿਸੂਸ ਹੁੰਦਾ ਵੀ ਮੀਡੀਆ ਵਾਲੇ ਫੋਨ ਕਰਦੇ ਨੇ, ਅਤੇ ਅੱਛਾ ਫੀਲ ਹੁੰਦਾ, ਪ੍ਰਾਊਡ ਫੀਲ ਹੁੰਦਾ ਵੀ ਸਾਡੇ ਬੇਟੇ ਦੀ ਫੋਟੋ ਆ ਰਹੀ ਆ ਅਖਬਾਰ ਦੇ ਵਿੱਚ ਆ ਰਹੀ ਆ, ਅਤੇ ਵੀ ਜੋ ਮਨ 'ਚ ਸੋਚਿਆ ਸੀਗਾ ਬੱਚਾ ਉਸ ਲੈਵਲ 'ਤੇ ਪਹੁੰਚ ਰਿਹਾ, ਖੁਸ਼ੀ ਤਾਂ ਲਾਜ਼ਮੀ ਹੋਣੀ ਬਣਦੀ ਆ ਜੀ। ਅਤੇ ਬਾਕੀ ਜਿਵੇਂ ਬਾਕੀ ਪੇਰੈਂਟਸ ਕਈ ਵਾਰੀ ਹੁੰਦਾ ਨਾ ਵੀ ਜਿਵੇਂ ਹੁਣ ਇਹਨਾਂ ਨੇ ਪਲੱਸ ਟੂ ਕੀਤੀ ਹੋਏਗੀ, ਤੁਸੀਂ ਵੀ ਕਿਹਾ ਹੋਊਗਾ ਕਦੀ ਨਾ ਕਦੀ ਜੇ ਬਾਹਰ ਜਾਣਾ ਤਾਂ ਹੁਣੇ ਦੇਖ ਲੈ ਵੀ ਇਹਨਾਂ ਨੇ ਇੱਥੇ ਰਹਿ ਕੇ ਸਟੱਡੀ ਕਰਨੀ? ਨਹੀਂ, ਮੈਂ ਐਕਚੁਅਲੀ ਨਾ ਕਦੀ ਇਹਨਾਂ ਨੂੰ ਕਿਸੇ ਗੱਲ 'ਤੇ ਫੋਰਸ ਨਹੀਂ ਕੀਤਾ ਹੈਗਾ, ਮਤਲਬ ਮੈਂ ਵੀ ਐਜੂਕੇਟਡ, ਅਸੀਂ ਪੜ੍ਹੇ ਲਿਖੇ ਹੈਗੇ ਪਰਿਵਾਰ 'ਚੋਂ ਅਤੇ ਸਾਡੇ ਮਦਰ ਵੀ ਟੀਚਰ ਰਹੇ ਨੇ। ਐਕਚੁਅਲੀ ਜਦੋਂ ਛੋਟਾ ਹੀ ਹੁੰਦਾ ਸੀ ਨਾ, ਉਦੋਂ ਇਹ 2.5 ਸਾਲ ਦਾ ਜਦੋਂ ਵੀਡੀਓ ਗੇਮ ਖੇਡਦਾ ਹੁੰਦਾ ਸੀ ਨਾ, ਅਤੇ ਉਦੋਂ ਹੀ ਇਹਦਾ ਇੰਟਰਸਟ ਨਜ਼ਰ ਆਉਂਦਾ ਸੀਗਾ। ਇੱਕ ਮਾਰੀਓ ਗੇਮ ਹੁੰਦੀ ਹੈ ਜਿਹਨੂੰ ਸਮਝ ਲਓ ਵੀ
तो फिर दसवीं के देखा भी ये टीचर्स कहते भी बहुत अच्छा वा स्टूडेंट ता बच्चा मतलब ता बहुत प्यारा वा बहुत अच्छा वा तो फिर उस तो बाद जो थापर यूनिवर्सिटी गया फिर उतो स्कॉलरशिप ली स्कॉलरशिप लैके पढ़ता रहा तो फिर उतो महसूस होने लग गया भी कुछ ना कुछ करूँगा फिर आई पी एस भी ट्राई करता सगा बट ये आ भी इनू यदा कंप्यूटर में ज़्यादा इंट्रस्ट है फिर मैं तो हमेशा थापड़ा दिता बेटा जो तेरी इच्छा है जो तू कर रहा सी बिजनेस मैं ना तेरा मन करता जो तेरा इच्छा कर दी करो तो सो इन्हें उत्थे उस लाइन में इन्हें मतलब अपनी कोशिश की तो अज चलो बहुत अच्छी तकड़ी कंपनी के है वा तो टाइम स्क्वेयर यदि फोटो लगी उन्होंने मतलब दी तो काफ़ी अच्छा फील होया काफ़ी अच्छा सारी फैमिली ने सारे दोस्तों ने तो जो फोन फान करते हैं प्राउड बहुत फील होंगे वा कि चलो बेटा बच्चा कि टिकाने पहुँचा सुनिया इन्हों की जर्नी जी है इतने रह के भी जरा इन्होंने दसा भी इतने रह के भी उन्होंने अचीवमेंट्स में पाया जा सकता है जेडे कि अक्सर यूथ जरा सोचता भी नहीं मैं इतने रह के कुछ नहीं कर सकता तो इन्होंने वो चीज़ प्रूफ करके दिखाई है भी इतने रह के भी वो जो टारगेट्स ने अपना अपलाई बिल्कुल अपना अपना सकते हो टारगेट्स नू क्योंकि एक स्किल होंदा जे इत्थे रह के कर सकते हो बाहर जाके भी तुसी उही चीज़ करनी है तो बिल्कुल काफ़ी वधिया काफ़ी सोहने ढंग दे नाल इन्हां दी जर्नी जिहड़ी इन्हां ने बयान की है एक बहुत माण वाली गल है भी लुधियाने शहर का एक स्टूडेंट जिहड़ा कि बहुत मेहनत दे नाल जिसकी फोटो टाइम स्क्वेयर ते लगी तुहानू फोटो भी जरूर दिखावांगे भी किस तरह माण वाली गल इन्हां वास्ते महसूस हुई है तो होर वधेरी अपडेट्स लई तुसी देखदे रहो लुधियाना टाइम्स कैमरामैन सतवंत दे नाल मैं प्रबलीन कौर हुण लुधियाना की हर खबर देखो अपने मोबाइल से असी पहुंचावांगे सच्ची ते पहली खबर तुहाडे तक चुकांगे तुहाडे मुद्दे बणांगे तुहाडी आवाज़ जुड़ो साडे नाल सबसक्राइब करना ना भुलना साडे चैनल लुधियाना टाइम्स फेसबुक अते यूट्यूब ते।